ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਆਪਣੇ ਚੈਨਲ ਦੇ ਉੱਤੇ ਸਵਾਗਤ ਹੈ ਜੀ। ਅਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ, ਇਹ ਤੁਹਾਨੂੰ ਮੈਂ ਦੱਸਦਾ, ਇਹ ਹੈਗੀ ਆ ਪੰਜ ਪਿੱਚਾਂ ਵਾਲੀ ਵੱਟਾਂ ਵਾਲੀ ਪੱਗ ਦੀ ਵੀਡੀਓ। ਜਿਹੜੀ ਪੱਗ ਦੀ ਸ਼ੇਪ ਆ ਉਹ ਹੈਗੀ ਆ ਸੈਮੀ ਪਟਿਆਲਾ ਸ਼ਾਹੀ ਦੇ ਵਿੱਚ, ਅਤੇ ਪੱਗ ਦੇ ਜਿਹੜੇ ਲੜ ਨੇ ਟੋਟਲ ਪੰਜ ਲੜਾਂ ਵਾਲੀ ਪੱਗ ਆ, ਪੰਜ ਲੜਾਂ ਵਾਲੀ ਪੱਗ ਦੀ ਵੱਟਾਂ ਵਾਲੀ ਸੈਮੀ ਪਟਿਆਲਾ ਸ਼ਾਹੀ ਸ਼ੇਪ ਦੇ ਵਿੱਚ ਪੱਗ ਲੈ ਕੇ ਆਏ ਹਾਂ। ਇਹ ਜਿਹੜੀ ਵੀਡੀਓ ਹੋਊਗੀ ਖਾਸ ਕਰਕੇ ਸਾਰੇ ਉਮਰ ਵਰਗ ਦੇ ਜਿਹੜੇ ਵੀਰ ਦਸਤਾਰ ਸਜਾਉਂਦੇ ਆ, ਜਿਹੜੇ ਪੰਜ ਲੜੀ ਪੱਗ ਬੰਨਦੇ ਆ, ਉਹਨਾਂ ਲਈ ਹੋਊਗੀ। ਸਭ ਤੋਂ ਪਹਿਲਾਂ ਨੀਚੇ ਇੱਕ ਬੇਸ ਤਿਆਰ ਕੀਤਾ ਆਪਾਂ ਆਪਣੇ ਕੇਸਾਂ ਦਾ, ਬਿਲਕੁਲ ਸਿੰਪਲ ਜਿਹੜਾ ਬੇਸ ਤੁਸੀਂ ਬੰਨਦੇ ਹੋ। ਉਸ ਤੋਂ ਬਾਅਦ ਇੱਕ ਆਪਾਂ 50 ਬੰਨ ਲਈ ਹੈ ਜੀ। 50 ਬੰਨਣ ਤੋਂ ਬਾਅਦ ਜਿਹੜੀ ਪੱਗ ਆ ਉਹਦੀ ਆਪਾਂ ਪੂਣੀ ਪਹਿਲਾਂ ਹੀ ਕਰਕੇ ਰੱਖੀ ਹੋਈ ਆ, ਅਤੇ ਪੂਣੀ ਕਰਨ ਦਾ ਜਿਹੜਾ ਢੰਗ ਹੈਗਾ ਉਹ ਬਿਲਕੁਲ ਸਿੰਪਲ ਤਰੀਕੇ ਦੇ ਨਾਲ, ਜੋ ਤੁਸੀਂ ਚੈਨਲ ਦੇ ਵਿੱਚ ਜਾ ਕੇ ਵੀਡੀਓਸ ਦੇਖ ਸਕਦੇ ਹੋ, ਬਿਲਕੁਲ ਜਿਹੜੀ ਸਿੰਪਲ ਢੰਗ ਦੀ ਪੂਣੀ ਹੁੰਦੀ ਹੈ। ਇੱਕ ਕਾਰਨ ਉੱਤੇ ਤੁਸੀਂ ਕਿਤੇ ਬੰਨ੍ਹ ਕੇ ਜਾ ਕਿਸੇ ਨੂੰ ਫੜਾ ਕੇ ਕਰ ਸਕਦੇ ਹੋ। ਅਤੇ ਪੱਗ ਦੀ ਜੇਕਰ ਲੈਂਥ ਦੀ ਗੱਲ ਕਰਾਂ, ਪੱਗ ਦੀ ਲੈਂਥ ਹੈਗੀ ਆ 5.5 ਮੀਟਰ। ਤੁਸੀਂ ਅਗਰ ਤੁਹਾਡੀ ਏਜ ਹੈਗੀ ਆ 10 ਤੋਂ 15 ਸਾਲ ਦੇ ਵਿੱਚ, 15-16 ਸਾਲ, ਤੁਸੀਂ 5 ਪਿੱਚਾਂ ਵਾਲੀ ਪੱਗ ਬੰਨਣੀ ਚਾਹੁੰਦੇ, ਤੁਹਾਡੇ ਲਈ 5.5 ਮੀਟਰ ਦੀ ਲੈਂਥ ਬਹੁਤ। ਅਤੇ ਅਗਰ ਤੁਸੀਂ ਸੇਮ ਏਜ ਦੇ ਵਿੱਚ ਤੁਸੀਂ ਰੂਬੀਆ ਕੱਪੜੇ ਦੇ ਵਿੱਚ ਪੱਗ ਬੰਨਣੀ ਹੈ, ਇਹ ਫੁੱਲ ਵੈਲ ਚ ਤੁਹਾਨੂੰ ਮੈਂ ਦੱਸਿਆ, ਅਗਰ ਤੁਸੀਂ ਰੂਬੀਆ ਦੇ ਵਿੱਚ ਬੰਨਣੀ ਹੈ ਤਾਂ ਤੁਹਾਨੂੰ ਥੋੜ੍ਹੀ ਜਿਹੀ ਲੈਂਥ ਇਹਦੇ ਨਾਲੋਂ ਜ਼ਿਆਦਾ ਲੈਣੀ ਪਊ। ਤੁਸੀਂ 5.5 ਤੋਂ ਥੋੜ੍ਹੀ ਜ਼ਿਆਦਾ ਕਰ ਸਕਦੇ ਹੋ, 6 ਮੀਟਰ ਤੱਕ ਇਹਨੂੰ ਤੁਸੀਂ ਲਿਜਾ ਸਕਦੇ ਹੋ, ਯਾਨੀ ਮਿਨੀਮਮ ਤੁਸੀਂ 5.5 ਮੀਟਰ 5 ਪੇਚਿਆਂ ਦੇ ਲਈ, ਅਤੇ ਜਿਹੜੀ ਮੈਕਸੀਮਮ ਲੰਬਾਈ ਹੋਊਗੀ ਪੱਗ ਦੀ ਉਹ 6 ਮੀਟਰ ਤੱਕ ਦੀ ਆਊਗੀ, ਕਿਉਂਕਿ ਹਰ ਇੱਕ ਦਾ ਬੰਨਣ ਦਾ ਢੰਗ ਵੱਖਰਾ, ਸ਼ੇਪ ਕੋਈ ਵੱਡੀ ਜ਼ਿਆਦਾ ਬਣਾਉਂਦਾ, ਛੋਟੀ ਬਣਾਉਂਦਾ, ਕੋਈ ਟਾਈਟ ਬੰਨਦਾ, ਢਿੱਲੀ ਬੰਨਦਾ, ਤਾਂ ਕੀ ਆ ਜੇਕਰ ਤੁਸੀਂ 5.5 ਤੋਂ 6 ਮੀਟਰ ਦੇ ਵਿੱਚ ਕੱਪੜਾ ਰੱਖੋ ਤਾਂ ਜ਼ਿਆਦਾ ਵਧੀਆ। ਅਤੇ ਜਿੱਥੇ ਪੱਗ ਨੂੰ ਪਾਣੀ ਲਗਾਉਣ ਦੀ ਗੱਲ ਆ, ਬਿਲਕੁਲ ਥੋੜ੍ਹਾ ਪਾਣੀ ਅਸੀਂ ਲਗਾਇਆ ਹੋਇਆ ਪੱਗ ਨੂੰ। ਅਤੇ ਜਿੰਨਾ ਵੀਰਾਂ ਦਾ ਡਾਊਟ ਸੀ ਕਿ ਜ਼ਿਆਦਾ ਪਾਣੀ ਜਾਂ ਘੱਟ ਕਿੰਨਾ ਲਗਾਉਣਾ ਚਾਹੀਦਾ, ਇਹ ਨਾ ਤੁਹਾਡੀ ਜਿਹੜੀ ਤੁਸੀਂ ਟਰਬਨ ਬੰਨਣੀ ਆ, ਸਟਾਈਲ ਤੁਸੀਂ ਜੋ ਵੀ ਬੰਨਣਾ ਉਹਦੇ 'ਤੇ ਡਿਪੈਂਡ ਕਰਦਾ। ਅਗਰ ਤੁਸੀਂ ਵੱਟਾਂ ਵਾਲੀ ਪੱਗ ਬੰਨਦੇ ਹੋ ਤਾਂ ਕੋਸ਼ਿਸ਼ ਕਰੋ ਪਾਣੀ ਘੱਟ ਤੋਂ ਘੱਟ ਲਗਾਓ, ਅਤੇ ਜਿੱਦਾਂ ਸਿੱਧਾ ਲੜ ਲਾ ਕੇ ਫੁੱਲਵੀਂ ਸ਼ੇਪ 'ਚ ਆਪਾਂ ਬੰਨਦੇ ਹਾਂ ਉਹਦੇ ਵਿੱਚ ਬਿਲਕੁਲ ਨਾ ਲਗਾਓ। ਕੀ ਆ ਜਦੋਂ ਪਾਣੀ ਲਗਾ ਲੈਂਦੇ ਹਾਂ ਪੱਗ ਬੈਠ ਜਾਂਦੀ ਆ, ਕੱਪੜਾ ਬਿਲਕੁਲ ਨਾਲ ਲੱਗ ਜਾਂਦਾ। ਜਿੰਨਾ ਤੁਸੀਂ ਜ਼ਿਆਦਾ ਪਾਣੀ ਲਗਾਓਗੇ ਵੱਟਾਂ ਵਾਲੀ ਪੱਗ ਲਈ, ਕੀ ਆ ਤੁਹਾਨੂੰ ਜਿਹੜੀ ਪੱਗ ਦੀ ਸ਼ੇਪ ਆ ਬਿਲਕੁਲ ਮਰ ਜਾਣੀ ਆ ਪਾਣੀ ਲਗਾ ਕੇ, ਤਾਂ ਕੋਸ਼ਿਸ਼ ਕਰੋ ਪਾਣੀ ਘੱਟ ਤੋਂ ਘੱਟ ਲਗਾਉਣਾ ਤੁਸੀਂ। ਅਗਰ ਤੁਹਾਡੀ ਪੱਗ ਰੂਬੀਆ ਕੱਪੜੇ ਦੇ ਵਿੱਚ ਆ ਅਤੇ ਸ਼ੇਪ ਜ਼ਿਆਦਾ ਲੋੜ ਨੂੰ ਜ਼ਿਆਦਾ ਵੱਡੀ ਬਣਦੀ ਆ, ਮੋਟੀ ਲੱਗਦੀ ਆ, ਤਾਂ ਤੁਸੀਂ ਕੀ ਆ ਜ਼ਿਆਦਾ ਪਾਣੀ ਲਗਾ ਸਕਦੇ ਹੋ। ਅਗਰ ਤੁਸੀਂ ਫੁੱਲ ਵੈਲ ਕੱਪੜੇ ਦੇ ਵਿੱਚ ਬੰਨ ਰਹੇ ਹੋ ਤਾਂ ਤੁਹਾਨੂੰ ਜਿਹੜਾ ਪਾਣੀ ਜ਼ਿਆਦਾ ਲਗਾਉਣ ਦੀ ਲੋੜ ਨਹੀਂ। ਤੁਸੀਂ ਜਿਹੜੇ 2 ਲੜ ਜਿਹੜੇ ਆਪਾਂ ਲਗਾਏ ਨੇ ਖੱਬੇ ਪਾਸੇ, ਉਹਨਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਟ ਪਾਏ ਨੇ, ਬਿਲਕੁਲ ਸਿੰਪਲ ਤਰੀਕੇ ਨਾਲ ਵੱਟ ਪਾਏ ਨੇ, ਕੋਈ ਨੀਚੇ ਲੜ ਨਹੀਂ ਕੱਢਣਾ। ਸਿੰਪਲ ਕੀ ਆ, ਜਿਹੜਾ ਆਪਣਾ ਪਹਿਲਾਂ ਆਪਾਂ ਸੱਜੇ ਪਾਸਿਓਂ ਲੜ ਲੈ ਕੇ ਆਇਆ ਸੀ ਉਹਨੂੰ ਆਪਾਂ ਜਿਹੜਾ ਖੋਲਿਆ ਸੀ ਅੱਖ ਤੱਕ, ਸੈਂਟਰ 'ਚ ਜਾ ਕੇ ਆਪਾਂ ਉਹਨੂੰ ਹੀ ਇਕੱਠਾ ਕਰ ਦੇਣਾ, ਉਹਦੇ ਹੀ ਅੱਗੇ ਅੱਗੇ ਆਪਣੇ ਜਿਹੜੇ ਵੱਟ ਨੇ ਬਣ ਜਾਣੇ ਆ। ਅਤੇ ਜਿਹੜੀ ਆਪਣੀ ਲੜਾਂ ਵਾਲਾ ਪਾਸਾ ਆਪਣਾ ਸੱਜਾ ਪਾਸਾ, ਉਹਦੇ ਜਿਹੜੇ ਉੱਪਰਲੇ ਲੜ ਨੇ ਉਹਨਾਂ ਦਾ ਜਿਹੜਾ ਗੈਪ ਬਿਲਕੁਲ ਘੱਟ ਤੋਂ ਘੱਟ ਰੱਖਣਾ। ਅਤੇ ਹੱਥਾਂ ਦੀ ਪੋਜੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਜਿਸ ਤਰੀਕੇ ਨਾਲ ਹੁਣ
ਵੱਟਾਂ ਨੂੰ ਫੜ ਕੇ ਜਿੱਦਾਂ ਆਪਾਂ ਪਿੰਚ ਕਰਦੇ ਹਾਂ, ਹਲਕਾ ਹਲਕਾ ਫੜ ਕੇ ਇਹਨਾਂ ਨੂੰ ਨਾਲ ਕਰੀ ਜਾਂਦੇ ਹਾਂ। ਇਹਦੇ ਨਾਲ ਕੀ ਆ, ਜਿਹੜੇ ਵੱਟ ਨੇ ਆਪਣੀ ਜਗ੍ਹਾ ਤੋਂ ਹਿੱਲ ਜਾਣਗੇ, ਅਤੇ ਜਿੱਥੇ ਕਿ ਆਪਣੇ ਬਹੁਤ ਜ਼ਿਆਦਾ ਘੱਟ ਵੱਟ ਪਏ ਹੋਏ ਨੇ, ਆਪਣੀ ਪੱਗ ਬਿਲਕੁਲ ਸਾਫ਼ ਆ, ਕੋਈ ਪੇਜ ਦੇ ਵਿੱਚ ਵੱਟ ਨਹੀਂ ਪਏ, ਉਹ ਵਾਲੀ ਜਿਹੜੀ ਜਗ੍ਹਾ ਵੱਟਾਂ ਦੇ ਨਾਲ ਕਵਰ ਹੋ ਜੂਗੀ। ਇਹ ਜਿਹੜੀ ਪੰਜ ਲੜਾਂ ਵਾਲੀ ਪੱਗ ਦੀ ਵੀਡੀਓ ਵੱਟਾਂ ਵਾਲੀ ਉਹਨਾਂ ਵੀਰਾਂ ਲਈ ਸੀ ਜੋ ਵੀਰ ਸਕੂਲ ਦੇ ਲਈ ਬੰਨਣਾ ਚਾਹੁੰਦੇ ਨੇ, ਛੋਟੀ ਉਮਰ ਦੇ ਵਿੱਚ ਇਹਨਾਂ ਨੇ ਸਟਾਰਟਿੰਗ ਕੀਤੀ ਆ ਇਹ ਪੱਗ ਬੰਨਣ ਦੀ। ਵੱਟਾਂ ਵਾਲੀ ਪੱਗ ਦਾ ਜ਼ਿਆਦਾ ਕਿ ਅੱਜ ਕੱਲ੍ਹ ਟਰੈਂਡ ਆ, ਤਾਂ ਸਾਰੇ ਵੀਰ ਪ੍ਰੈਫਰ ਕਰਦੇ ਆ ਕਿ ਵੱਟਾਂ ਵਾਲੀ ਪੱਗ ਬੰਨ ਕੇ ਜਾਣ। ਤਾਂ ਕੀ ਆ, ਇੱਕ ਸਕੂਲ ਦੇ ਲਈ ਪੰਜ ਪੇਚਾਂ ਵਾਲੀ ਛੋਟੇ ਬੱਚੇ ਲਈ ਪੱਗ ਬਹੁਤ ਆ, ਜਿਹਨੇ ਅਜੇ ਸਟਾਰਟਿੰਗ ਕੀਤੀ ਆ। ਵੱਡੇ ਵੀ ਬਹੁਤ ਜੋ ਵੀਰ ਨੇ ਪੰਜ ਪੇਚਾਂ ਵਾਲੀ ਬਹੁਤ ਬੰਨਦੇ ਆ, ਉਹਨਾਂ ਦੇ ਲਈ ਵੀ ਫਾਇਦੇਮੰਦ ਹੋਊਗੀ ਕਿ ਤੁਸੀਂ ਵੱਟ ਪਾਉਣ ਦਾ ਤਰੀਕਾ, ਸ਼ੇਪ, ਪੱਗ ਬੰਨ ਦੇ ਦੌਰਾਨ ਜੋ ਤੁਹਾਨੂੰ ਪ੍ਰੋਬਲਮ ਆਉਂਦੀ ਤੁਸੀਂ ਉਹ ਇਸ ਵੀਡੀਓ ਜ਼ਰੀਏ ਸਹੀ ਕਰ ਸਕਦੇ ਹੋ। ਅਤੇ ਜਿਹੜਾ ਆਪਣਾ ਪੰਜਵਾਂ ਪੇਜ ਸੀ, ਇਹ ਸਾਫ਼ ਲਾਉਣ ਦਾ ਤੁਹਾਨੂੰ ਰੀਜ਼ਨ ਦੱਸ ਦਿੰਦਾ। ਅਗਰ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਯੂਨੀਫਾਰਮ ਦੇ ਨਾਲ, ਡਰੈਸਿੰਗ ਸੈਂਸ ਦੇ ਨਾਲ ਤੁਸੀਂ ਫੋਰਮਲ ਯੂਨੀਫਾਰਮ ਪਾਈ ਆ, ਤਾਂ ਕਿ ਵੱਟਾਂ ਵਾਲੀ ਪੱਗ ਅਗਰ ਤੁਸੀਂ ਸਿੱਧਾ ਲੜ ਲਗਾਓਗੇ ਉਨੀ ਜ਼ਿਆਦਾ ਨਹੀਂ ਸੂਟ ਕਰਦੀ। ਅਤੇ ਜਾਂ ਜਿਹੜਾ ਤੁਹਾਡਾ ਲਾਸਟ ਲੜ ਆ, ਪੰਜਵਾਂ ਪੇਜ ਕਹਿ ਲਈ, ਉਹਦੇ ਤੁਸੀਂ ਅਗਰ ਤੁਸੀਂ ਉਹਨੂੰ ਸਾਫ਼ ਲਗਾਓਗੇ, ਤੁਹਾਡੀ ਪੱਗ ਦੀ ਦਿੱਖ ਬਹੁਤ ਜ਼ਿਆਦਾ ਵਧੀਆ ਬਣਾ ਦਿੰਦੀ ਆ। ਕਿਉਂਕਿ ਕਾਫ਼ੀ ਵੀਰ ਕਹਿੰਦੇ ਆ ਕਿ ਜਿਹੜੇ ਵੱਟਾਂ ਵਾਲੀ ਪੱਗ ਆ, ਅਤੇ ਅਗਰ ਤੁਸੀਂ ਫਾਰਮਲ ਵੀਰ ਪਾਈ ਆ, ਜਿਵੇਂ ਸਕੂਲ ਯੂਨੀਫਾਰਮ ਜਾਂ ਕਾਲਜ ਜਿੱਥੇ ਕਿ ਡਰੈਸਿੰਗ ਸੈਂਸ ਦੀ ਗੱਲ ਆ, ਤਾਂ ਕੀ ਆ ਉਹ ਇੱਕ ਇਨਫੋਰਮਲ ਲੱਗਦੀ ਆ। ਮੈਂ ਬਹੁਤ ਵੀਰਾਂ ਤੋਂ ਸੁਣਿਆ, ਮੈਨੂੰ ਕਹਿੰਦੇ ਆ ਕਿ ਇੱਦਾਂ ਉਹਦੇ 'ਤੇ ਕੁਛ ਵੀਡੀਓ ਲੱਗਾ, ਤਾਂ ਤੁਸੀਂ ਕੀ ਆ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਕਿਉਂਕਿ ਹਰ ਇੱਕ ਦੀ ਥਿੰਕਿੰਗ ਅਲੱਗ ਆ, ਕੋਈ ਕਿੱਦਾਂ ਸੋਚਦਾ ਕਿੱਦਾਂ, ਤਾਂ ਤੁਸੀਂ ਉੱਥੇ ਇਹਨੂੰ ਐਂ ਕਰ ਸਕਦੇ ਹੋ, ਜਿਹੜਾ ਤੁਹਾਡਾ ਪੰਜਵਾਂ ਪੇਜ ਆ ਉਹਨੂੰ ਤੁਸੀਂ ਸਾਫ਼ ਲਗਾ ਸਕਦੇ ਹੋ। ਤਾਂ ਕੀ ਆ, ਜਿੱਦਾਂ ਪੇਚਾਂ ਵਾਲੀ ਪੱਗ ਹੁੰਦੀ ਆ, ਇਹ ਬਿਲਕੁਲ ਉੱਦਾਂ ਹੀ ਲੱਗੂਗੀ, ਪੰਜਵੇਂ ਪੇਜ ਤੋਂ ਲੈ ਕੇ ਨੀਚੇ ਤੱਕ ਵੱਟ ਆ ਜਾਣਗੇ ਸਾਰੇ। ਅਤੇ ਇਹਦਾ ਤੁਸੀਂ ਲਾਸਟ ਲੜਾ ਤੁਸੀਂ ਉਹ ਵੀ ਸਾਫ਼ ਲਗਾ ਸਕਦੇ ਹੋ, ਜਿਹਦੇ ਨਾਲ ਕੀ ਆ ਤੁਹਾਡੀ ਇੱਕ ਪੱਗ ਬਹੁਤ ਹੀ ਜ਼ਿਆਦਾ ਸੋਹਣੀ ਲੱਗੂਗੀ, ਜਿਹਦੇ ਵਿੱਚ ਸਫਾਈ ਵੀ ਹੋਊਗੀ ਅਤੇ ਵੱਟ ਦੋਨੇ ਹੋਣਗੇ। ਤੁਸੀਂ ਤੁਹਾਡੀ ਡਰੈਸਿੰਗ ਸੈਂਸ ਦੇ ਨਾਲ ਇਹ ਜਿਹੜੀ ਟਰਬਨ ਆ ਪੂਰੀ ਸੂਟ ਕਰੂਗੀ। ਬੰਨਣ ਦਾ ਤਰੀਕਾ ਸੇਮ ਆ, ਚਾਹੇ ਤੁਸੀਂ ਫੁੱਲ ਵੈਲ ਕੱਪੜੇ 'ਚ ਬੰਨਦੇ ਹੋ, ਚਾਹੇ ਤੁਸੀਂ ਰੂਬੀਆ ਕੱਪੜੇ ਦੇ ਵਿੱਚ ਬੰਨਦੇ ਹੋ। ਜ਼ਰੂਰੀ ਨਹੀਂ ਕਿ ਇਹ ਵੀਡੀਓ ਹੋਊਗੀ ਕਿ ਉਹਨਾਂ ਦੇ ਲਈ, ਉਹ ਜਿਹੜੇ ਸਕੂਲ ਦੇ ਵਿੱਚ ਬੰਨਦੇ ਆ, ਜੋ ਪੰਜ ਪੇਚਾਂ ਵਾਲੀ ਪੱਗ ਬੰਨਦੇ ਆ ਜਾਂ 6 ਵਾਲੀ ਵੀ ਬੰਨਦੇ ਆ, ਤਾਂ ਕੀ ਆ ਬੰਨਣ ਦਾ ਤਰੀਕਾ, ਕੁਛ ਗਲਤੀਆਂ ਜੋ ਕਰਦੇ ਆ ਉਹ ਤੁਸੀਂ ਓਬਜ਼ਰਵ ਕਰੋਗੇ। ਬਾਕੀ ਮੇਨ ਗੱਲ ਇਹ ਆ, ਵੀਡੀਓ ਦੇਖਣ ਤੋਂ ਬਾਅਦ ਪੱਗ ਜਿੰਨੀ ਦੇਖਣੀ ਜ਼ਰੂਰੀ ਹੈ ਵੀਡੀਓ, ਉਸ ਤੋਂ ਕਿਤੇ ਜ਼ਿਆਦਾ ਦੇਖਣ ਤੋਂ ਬਾਅਦ ਪੱਗ ਦੀ ਪ੍ਰੈਕਟਿਸ ਕਰਨੀ ਜ਼ਰੂਰੀ ਹੈ, ਕਿਉਂਕਿ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਉਦੋਂ ਹੀ ਤੁਹਾਨੂੰ ਪਤਾ ਲੱਗਣਾ ਕਿ ਤੁਸੀਂ ਕੀ ਗਲਤੀ ਕਰ ਰਹੇ ਹੋ। ਜੋ ਵੀਡੀਓ ਦੇ ਵਿੱਚ ਦੱਸਿਆ ਸੀਗਾ ਜਾਂ ਉਹ ਜੋ ਵੀਡੀਓ ਵਾਲਾ, ਮੈਂ ਨਹੀਂ ਕਹਿੰਦਾ, ਮੇਰੀ ਕੋਈ ਵੀ ਤੁਸੀਂ ਵੀਡੀਓ ਦੇਖਦੇ ਹੋ, ਤਾਂ ਤੁਹਾਨੂੰ ਉਦੋਂ ਪਤਾ ਲੱਗਣਾ ਪ੍ਰੈਕਟਿਸ ਤੋਂ ਬਾਅਦ ਕਿ ਉਹ ਜਿਹੜਾ ਉਹ ਵੀਡੀਓ ਵਾਲਾ ਬੰਦਾ ਉਹ ਕਿੱਦਾਂ ਕਰ ਰਿਹਾ ਅਤੇ ਮੈਂ ਕਿੱਦਾਂ ਕਰ ਰਿਹਾ, ਕੀ ਫਰਕ ਆ ਮੇਰੇ ਸਟਾਈਲ ਦੇ ਅਕੋਰਡਿੰਗ, ਤਰੀਕੇ ਦੇ ਅਕੋਰਡਿੰਗ ਕੀ ਆ ਮੈਨੂੰ ਪ੍ਰੋਬਲਮ ਆ ਰਹੀ ਆ। ਅਤੇ ਅਗਰ ਤੁਸੀਂ ਸਾਹਮਣੇ ਵਾਲੇ ਦਾ ਤਰੀਕਾ ਕਾਪੀ ਨਾ ਸਹੀ, ਅਗਰ ਤੁਸੀਂ ਜੋ ਇੱਦਾਂ ਕਰ ਰਹੇ ਆ ਉਹਨੂੰ ਦੇਖ ਕੇ ਕੁਛ ਆਪਦੇ ਵਿੱਚ ਚੇਂਜ ਕਰੋਗੇ, ਤਾਂ ਕੀ ਆ ਇੰਪਰੂਵਮੈਂਟ ਤੁਹਾਡੀ ਆ ਸਕਦੀ ਆ ਪ੍ਰੈਕਟਿਸ ਦੇ ਜ਼ਰੀਏ। ਜਿੱਦਾਂ ਕਿ ਹੁਣ ਲਾਸਟ ਲੜ ਸੀਗਾ, ਇਹ ਆਪਣਾ ਸਾਫ਼ ਲੱਗ ਗਿਆ, ਅਤੇ ਜਿਹੜਾ ਆਪਣਾ ਪੰਜਵਾਂ ਪੇਜ ਸੀ ਉਹ ਸਾਫ਼ ਲੱਗ ਗਿਆ।
ਪੱਗ ਦੀ ਦਿੱਖ ਹੋਰ ਜ਼ਿਆਦਾ ਸੋਹਣੀ ਬਣ ਗਈ। ਅਗਰ ਆਪਾਂ ਲਾਸਟ ਲੜ ਦੇ ਵਿੱਚ ਵੱਟ ਪਾ ਦਿੰਦੇ ਤਾਂ ਕੀ ਹੈ, ਜਿਹੜਾ ਆਪਣਾ ਪੰਜਵਾਂ ਪੇਜ ਸੀ ਉਹਦੇ ਵਿੱਚ ਵੀ ਆਪਾਂ ਨੂੰ ਵੱਟ ਪਾਉਣੇ ਪੈਣੇ ਸੀ, ਕਿਉਂਕਿ ਇੱਕ ਤਰ੍ਹਾਂ ਦੀ ਮੈਚਿੰਗ ਹੋ ਗਈ ਇਹਦੇ ਨਾਲ। ਅਤੇ ਦੂਸਰੀ ਗੱਲ, ਜਿੰਨਾ ਵੀਰਾਂ ਨੇ ਵੀਡੀਓ ਦੇਖੀ ਆ, ਵੀਡੀਓ ਰਿਗਾਰਡਿੰਗ ਕੋਈ ਗਲਤੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ, ਤਾਂ ਇਸ ਤੋਂ ਅਗਲੇ ਕਿਸੇ ਟੋਪਿਕ 'ਤੇ ਵੀਡੀਓ ਚਾਹੁੰਦੇ ਹੋ ਉਹ ਜਲਦੀ ਆਪਾਂ ਲੈ ਕੇ ਆਵਾਂਗੇ। ਵੀਡੀਓ ਵਧੀਆ ਲੱਗੀ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਬਾਕੀ ਸ਼ੇਅਰ ਕਰਨਾ ਨਾ ਭੁੱਲਿਓ ਜੀ। ਜਿੰਨੇ ਵੀਰਾਂ ਨੂੰ ਹਰੇਕ ਵਾਰੀ ਕਹਿਣਾ ਉਹਨਾਂ ਕਿ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਜਿੰਨਾਂ ਵੀਰਾਂ ਤੱਕ ਵੀਡੀਓ ਨਹੀਂ ਪਹੁੰਚ ਸਕਦੀ, ਕਿਸੇ ਨੂੰ ਵੀਡੀਓ ਦੀ ਲੋੜ ਆ, ਉਹਨਾਂ ਤੱਕ ਵੀਡੀਓ ਪਹੁੰਚ ਸਕੇ। ਬਹੁਤ ਹੀ ਜਲਦ ਇਸ ਵੀਡੀਓ ਤੋਂ ਬਾਅਦ ਅੱਗੇ ਆਪਾਂ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆ ਰਹੇ ਹਾਂ। ਉਮੀਦ ਆ ਜੇ ਆ ਵੀ ਵੀਡੀਓ ਜਿਹੜੀ ਤੁਹਾਨੂੰ ਪਸੰਦ ਆਊਗੀ। ਜਿਹੜੇ ਵੀਰ ਸਪੋਰਟ ਕਰਦੇ ਆ ਪਹਿਲੇ ਦਿਨ ਤੋਂ ਸ਼ੇਅਰ ਕਰਦੇ ਵੀਡੀਓ, ਉਹਨਾਂ ਦਾ ਸਪੈਸ਼ਲ ਥੈਂਕਸ ਕਰਾਂਗੇ ਜੀ। ਅਤੇ ਹੁਣ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਲਾਈਕ ਕਮੈਂਟ ਜ਼ਰੂਰ ਕਰ ਦਿਓ, ਅਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਮਿਲਦੇ ਹਾਂ ਜੀ ਬਹੁਤ ਹੀ ਜਲਦ ਆਪਾਂ ਅਗਲੀ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गर्मी का मौसम आ गया है, धूप के दिन भी शुरू हो गए, प्यास ऐसी कि बार बार पानी पीने के बाद फिर प्यास लग जाती है, तो बराए मेहरबानी अपने घर की छत पर पंछियों के लिए पानी रख दें।